ਅੱਜ ਅਸੀਂ ਇੱਥੇ ਡੀਸੀ ਆਫਿਸ 'ਚੋਂ ਇਹ ਕੋਵਿਡ ਨੂੰ ਲੈ ਕੇ ਟੈਸਟਿੰਗ ਪੌਡ ਅਤੇ ਟੈਸਟਿੰਗ ਸਟੇਸ਼ਨ ਦੀ ਲਾਂਚ ਕਰ ਰਹੇ ਹਾਂ। ਇਹ ਆਈਡੀਆ ਸਾਨੂੰ ਬੇਸਿਕਲੀ ਆਇਆ ਸੀਗਾ, ਸਭ ਤੋਂ ਪਹਿਲਾਂ ਇਸ ਚੀਜ਼ ਦਾ ਸਾਊਥ ਕੋਰੀਆ ਦੇ ਵਿੱਚ ਇੱਕ ਹੋਸਪਿਟਲ ਨੇ ਬਣਾਇਆ ਸੀਗਾ ਵੀ ਜਦੋਂ ਡਾਕਟਰ ਸੈਂਪਲ ਲੈਂਦੇ ਆ ਅਤੇ ਉਹ ਆਪਣੀ ਸੇਫਟੀ ਨੂੰ ਲੈ ਕੇ ਕਾਫੀ ਕੰਸਰਨ ਰਹਿੰਦਾ ਕਿਉਂਕਿ ਡਾਕਟਰਸ ਦਾ ਐਕਸਪੋਜ਼ਰ ਬਹੁਤ ਜ਼ਿਆਦਾ ਅਤੇ ਉਸ ਚੀਜ਼ ਨੂੰ ਘਟਾਉਣ ਲਈ ਸਾਊਥ ਕੋਰੀਆ ਦੇ ਇੱਕ ਹੋਸਪਿਟਲ ਨੇ ਆ ਕੀਤਾ ਸੀਗਾ ਵੀ ਟੈਸਟਿੰਗ ਪੌਡ ਉਹਨਾਂ ਨੇ ਬਣਾਏ ਅਤੇ ਉੱਥੋਂ ਸਾਨੂੰ ਆਈਡੀਆ ਵੀ ਅਸੀਂ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਇਸ ਨੂੰ ਅਡੋਪਟ ਕਰ ਸਕਦੇ ਹਾਂ। ਇਹਦੇ ਵਿੱਚ ਜਿਹੜਾ ਦੋ ਫਾਇਦੇ ਨੇ, ਇਹਦੇ ਮੇਨ ਕਿ ਇੱਕ ਤਾਂ ਬਿਲਕੁਲ ਹੀ ਰਿਸਕ ਇਹਦੇ ਵਿੱਚ ਰਿਡਿਊਸ ਹੋ ਜਾਂਦਾ, ਨਾਲੇ ਜਿਹੜੀ ਪੀਪੀ ਕਿੱਟਸ ਦੀ ਸ਼ੋਰਟੇਜ ਜਿਹੜੀ ਹੁੰਦੀ ਉਹ ਵੀ ਤੁਹਾਨੂੰ ਯੂਜ਼ ਕਰਨ ਦੀ ਲੋੜ ਨਹੀਂ ਪੈਂਦੀ। ਇਹ ਅੰਦਰ ਤੁਸੀਂ ਬੈਠੇ ਹੋ ਤਾਂ ਨੋਰਮਲ N95 ਮਾਸਕ ਯੂਜ਼ ਕਰਕੇ ਕਰ ਸਕਦੇ ਹੋ। ਅੱਜ ਇਹਨਾਂ ਨੂੰ ਅਸੀਂ ਬਣਾਇਆ, ਹੁਣ ਡਾਕਟਰਸ ਦੀ ਟੀਮ ਦੋ ਇੱਥੇ ਆਈ ਹੋਈ ਹੈ, ਉਹ ਚੈੱਕ ਕਰ ਰਹੇ ਨੇ ਵੀ ਕੀ ਇਹਦੇ ਵਿੱਚ ਕੋਈ ਕਮੀ ਹੈ, ਇਹਦੀ ਜਿਹੜਾ ਹੋਲ ਹੈ ਹੈਂਡ ਦੀ ਪਲੇਸਮੈਂਟ ਹੈ ਇਹ ਉੱਤੇ ਥੱਲੇ ਕਰਨੀ ਹੈ। ਤਾਂ ਮੈਨੂਫੈਕਚਰਰ ਵੀ ਨੇ ਇੱਥੇ ਦੋ ਸਾਡੇ ਜਿਹੜੇ ਬਣਾ ਰਹੇ ਨੇ ਉਹ ਇਨਪੁੱਟਸ ਲੈਣਗੇ ਵੀ ਕੋਈ ਇਹਦੇ ਵਿੱਚ ਤਬਦੀਲੀ ਕਰਨੀ ਹੈ ਤਾਂ ਉਹ ਵੀ ਕਰਨਗੇ। ਪਲੱਸ ਇਹਦੀ ਟੈਸਟਿੰਗ ਆਪਣੇ ਲੈਵਲ 'ਤੇ ਅਸੀਂ ਕੀਤੀ ਹੈ ਵੀ ਇਹਦੇ ਵਿੱਚ ਬਾਹਰ ਪਰਫਿਊਮ ਛਿੜਕ ਕੇ ਦੇਖਿਆ ਵੀ ਅੰਦਰ ਸਮੈਲ ਤਾਂ ਨਹੀਂ ਆ ਰਹੀ ਅਤੇ ਕੋਈ ਲੀਕੇਜ ਤਾਂ ਨਹੀਂ ਹੈ, ਉਹ ਆਪਣੇ ਲੈਵਲ 'ਤੇ ਵੀ ਅਸੀਂ ਕੀਤੀ। ਅਸੀਂ ਇਹਨਾਂ ਨੂੰ ਵੀ ਡਾਕਟਰਸ ਨੂੰ ਵੀ ਕਹਿ ਰਹੇ ਹਾਂ ਇਹਦੀ ਫਰਦਰ ਚੈੱਕ ਕਰੋ, ਇਹਦੇ ਵਿੱਚ ਵਾਟਰ ਦਾ ਜੈੱਟ ਵੀ ਸਪਰੇ ਕਰਕੇ ਦੇਖੋ ਵੀ ਟੋਟਲ ਸੀਲ ਹੋਣਾ ਚਾਹੀਦਾ ਤਾਂ ਕਿ ਤੁਸੀਂ ਆਰਾਮ ਨਾਲ ਇਹਦੀ ਚੈਕਿੰਗ ਕਰ ਲਓ, ਯੂਜ਼ ਕਰ ਲਓ ਇਹਨੂੰ ਬਿਨਾਂ ਉਸਦੇ। ਇੱਕ ਇਹਦੇ ਵਿੱਚ ਹੋਰ ਮੈਂ ਕਲੈਰੀਫਾਈ ਕਰਨਾ ਚਾਹਾਂਗਾ ਕਿ ਇਹਦੇ ਵਿੱਚ ਡਾਕਟਰਸ ਦੀ ਸੇਫਟੀ ਤਾਂ ਹੋ ਗਈ, ਪੇਸ਼ੈਂਟ ਦੀ ਸੇਫਟੀ ਨੂੰ ਲੈ ਕੇ ਜਿਹੜੇ ਇਹਦੇ ਵਿੱਚ ਤੁਸੀਂ ਪਲਾਸਟਿਕ ਗਲਵਸ ਦੇਖ ਰਹੇ ਹੋ ਇਹਦੇ ਉੱਤੇ ਡਿਸਪੋਜ਼ੇਬਲ ਗਲਵਸ ਵੀ ਲੱਗਣਗੇ ਹਰੇਕ ਵਾਰ। ਜਦੋਂ ਵੀ ਪੇਸ਼ੈਂਟ ਚੈੱਕ ਹੋਊਗਾ ਪਹਿਲਾਂ ਉਹਦਾ ਡਿਸਪੋਜ਼ੇਬਲ ਗਲਵ ਚੜਾਇਆ ਜਾਊਗਾ, ਉਹ ਯੂਜ਼ ਕਰਕੇ ਫਿਰ ਉਹਨੂੰ ਜਿਹੜਾ ਥਰੋ ਕਰਕੇ ਉਹਨੂੰ ਪ੍ਰੋਪਰਲੀ ਡਿਸਪੋਜ਼ ਆਫ ਕੀਤਾ ਜਾਊਗਾ ਅਤੇ ਸੋਡੀਅਮ ਹਾਈਪੋਕਲੋਰਾਈਡ ਦਾ ਸਪਰੇਅ ਵੀ ਕੀਤਾ ਜਾਊਗਾ ਹਰੇਕ ਪੇਸ਼ੈਂਟ ਤੋਂ ਬਾਅਦ। ਅਤੇ ਇਸ ਕਰਕੇ ਇਸ ਮੈਨੂੰ ਲੱਗਦਾ ਡਿਜ਼ਾਈਨ ਨਾਲ ਸਾਨੂੰ ਉਮੀਦ ਹੈ ਵੀ ਅਸੀਂ ਆਪਣਾ ਪੀਪੀ ਕਿੱਟਸ ਵੀ ਬਚਾਵਾਂਗੇ, ਸਾਡੇ ਡਾਕਟਰਸ ਨੂੰ ਵੀ ਜ਼ਿਆਦਾ ਕੌਨਫੀਡੈਂਸ ਆਊਗਾ, ਆਰਾਮ ਨਾਲ ਚੈੱਕ ਕਰ ਪਾਉਣਗੇ। ਇਹ ਡੋਨੇਟ ਕਿਹਨਾਂ ਨੇ ਕੀਤੀ ਹੈ ਜੀ? ਡੋਨੇਟ ਨਹੀਂ ਹੋਈ ਹੈ, ਅਸੀਂ ਹਲੇ ਆਪਣੀ ਕੋਸਟ 'ਤੇ ਬਣਵਾਈ ਹੈ, ਬਾਅਦ ਦੇ ਵਿੱਚ ਕੋਈ ਇੰਡਸਟਰੀ ਸੇਲਸ ਨੂੰ ਕਰਨਾ ਚਾਹੂਗਾ ਤਾਂ ਕਰ ਸਕਦੇ। ਹਸਪਿਟਲ ਦੇ ਵਿੱਚ ਕੋਈ ਵੀ ਫਲੂ ਪੇਸ਼ੈਂਟ ਜਾਂ ਉਹਦਾ ਪਰਿਵਾਰ ਦਾ ਵੀ ਕਿਸੇ ਨੂੰ ਖਾਂਸੀ ਜ਼ੁਕਾਮ ਹੈ ਉਹ ਨਹੀਂ ਜਾਣਾ ਚਾਹੀਦਾ ਸਰਕਾਰੀ ਹਸਪਤਾਲਾਂ ਦੇ ਵਿੱਚ। ਅਤੇ ਵੈਸੇ ਤਾਂ ਫਲੂ ਸੈਂਟਰ ਗੌਰਮੈਂਟ ਦੀ ਗਾਈਡਲਾਈਨ ਮੁਤਾਬਕ ਹਰੇਕ ਹੋਸਪਿਟਲ ਦੇ ਵਿੱਚ ਗੌਰਮੈਂਟ ਦੇ ਵੀ ਸੈਪਰੇਟ ਬਣਾ ਦਿੱਤੇ ਗਏ, ਪਰ ਇੱਕ ਦੋ ਥਾਂ 'ਤੇ ਪ੍ਰੋਬਲਮ ਆ ਰਹੀ ਸੀਗੀ, ਉਹਦੀ ਲੋਕੇਸ਼ਨ ਫਿਰ ਵੀ ਹੋਸਪਿਟਲ ਦੇ ਅੰਦਰ ਥੋੜ੍ਹਾ ਜਾ ਕੇ ਉਹ ਕਮਰਾ ਹੁੰਦਾ। ਅਤੇ ਇਹ ਅਸੀਂ ਸਿਵਲ ਹੋਸਪਿਟਲ ਲਈ ਅਤੇ ਸਬ ਡਿਵੀਜ਼ਨਲ ਹੋਸਪਿਟਲ ਮਲੇਰਕੋਟਲਾ ਲਈ ਦੋ ਟੈਂਟ ਬਣਾਏ ਤਾਂ ਕਿ ਉਹਨਾਂ ਦਾ ਫਲੂ ਸੈਂਟਰ ਹੀ ਬਾਹਰ ਸ਼ਿਫਟ ਕਰ ਦਿੱਤਾ ਜਾਵੇ। ਅਤੇ ਇਹ ਇਸਦੀ ਇਹ ਯੂਟੀਲਿਟੀ ਹੈ ਕਿ ਇਹ ਫਲੂ ਸੈਂਟਰ ਜਿਹੜਾ ਹੈਗਾ ਉਹਨਾਂ ਦਾ ਜਿੱਥੇ ਚੈੱਕਅਪ ਹੁੰਦਾ ਇਹ ਹੋਸਪਿਟਲ ਤੋਂ ਬਾਹਰ ਹੀ ਹੋਊਗਾ, ਜੇਕਰ ਉੱਥੇ ਪੁੱਛ ਪੜਤਾਲ ਹੋਏਗੀ ਜਿਸ ਨੂੰ ਵੀ ਹੈ, ਅਤੇ ਜੇਕਰ ਉੱਥੇ ਸਸਪੈਕਟ ਕੇਸ ਨਿਕਲਦੇ ਤਾਂ ਉਹਨਾਂ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਜਾਊਗਾ ਸੈਂਪਲ ਲੈ ਕੇ, ਅਤੇ ਜੇਕਰ ਕੋਈ ਲੋਡ ਪਈ ਕੋਈ ਤੋਂ ਜ਼ਿਆਦਾ ਸਿਮਟੋਮੈਟਿਕ ਹੋਏ ਤਾਂ ਇੰਸਟੀਟਿਊਸ਼ਨਲ ਕੁਆਰੰਟਾਈਨ, ਤਾਂ ਕਿ ਹੋਸਪਿਟਲ ਬਚਾਉਣੇ ਸਾਡੇ ਬਹੁਤ ਜ਼ਰੂਰੀ ਹੈ। ਤੁਸੀਂ ਦੇਖਿਆ ਹੋਣਾ ਬੋਂਬੇ ਦੇ ਵਿੱਚ ਵੀ ਵੋਕਹਾਰਟ ਹੋਸਪਿਟਲ ਇੰਨਾ ਵਧੀਆ ਹੋਸਪਿਟਲ ਵੀ ਲੋਕਡਾਊਨ ਦੇ ਵਿੱਚ ਟੋਟਲ ਕੁਆਰੰਟੀਨ ਕਰਨਾ ਪੈ ਗਿਆ, ਉਹ ਦਿੱਕਤ ਨਾ ਆਵੇ, ਸਾਡੇ ਹੋਸਪਿਟਲ ਚੱਲਦੇ ਰਹਿਣ, ਕੋਈ ਰਿਮੋਟਲੀ ਵੀ ਕਨੈਕਟਡ ਹੈ ਜਿਹੜਾ ਹੋਸਪਿਟਲ 'ਚੋਂ ਨਾ ਆਵੇ ਉਹਦੇ ਲਈ ਡੈਡੀਕੇਟਡ ਫਲੂ ਸੈਂਟਰ ਵੱਖਰਾ ਹੋਣਾ ਚਾਹੀਦਾ। ਹਾਂਜੀ ਹਾਂਜੀ, ਹੁਣ ਹੋਸਪਿਟਲ ਦੇ ਵਿੱਚ ਸਿਵਲ ਹੋਸਪਿਟਲ 'ਚ ਕੋਈ ਵੀ ਜਾਊਗਾ ਤਾਂ ਪਹਿਲਾਂ ਇਹ ਆਪਣੇ ਇੱਥੇ ਅਪਰੋਚ ਕਰੇ, ਦੱਸੇ ਵੀ ਹਾਂ, ਕੋਈ ਵੀ ਰਿਮੋਟਲੀ ਅਸੀਂ ਪੁੱਛਾਂਗੇ ਤੁਹਾਨੂੰ ਜ਼ੁਕਾਮ ਹੈ, ਕੋਈ ਹੋਰ ਇਸ ਟਾਈਪ ਦਾ ਸਿਮਟਮ, ਕੋਈ ਤੁਹਾਡੇ ਪਰਿਵਾਰ ਵਾਲਿਆਂ ਨੂੰ ਕੋਈ ਜ਼ੁਕਾਮ, ਬੋਡੀ ਏ, ਕੋਈ ਵੀ ਹੈ, ਜਦੋਂ ਪੂਰਾ ਕਲੀਅਰ ਹੋਊਗਾ ਵੀ ਨਹੀਂ ਹੈ ਕੇਸ ਤਾਂ ਤੁਸੀਂ ਆਪਣੀ ਹੋਰ ਜਿਹੜੀ ਵੀ ਇਲਾਜ ਕਰਾਉਣ ਲਈ ਜਾ ਰਹੇ ਹੋ ਤਾਂ ਤੁਸੀਂ ਜਾਓਗੇ, ਅਦਰਵਾਈਜ਼ ਸਭ ਤੋਂ ਪਹਿਲਾਂ ਇੱਥੇ ਰਿਪੋਰਟ ਕਰਨਗੇ। ਸਰ, ਪਿੰਡਾਂ ਦੇ ਵਿੱਚ ਜਿਹੜੇ ਹੈਲਥ ਬਣੇ ਹੋਏ ਨੇ ਆਪਣੇ, ਉਹਨਾਂ ਦੇ ਵਿੱਚ ਮਾਸਕ ਦੀ ਸੈਨੀਟਾਈਜ਼ਰ ਸਪਰੇਅ ਪ੍ਰਬੰਧ ਨਹੀਂ ਹੈਗਾ, ਡਾਕਟਰ ਜਿਹੜੇ ਲੱਗੇ ਹੋਏ ਨੇ ਉਹਨਾਂ ਕਹਿੰਦੇ ਨੇ ਸਾਡੇ ਲੋਕ ਜਿੰਨਾ ਆਉਂਦੇ ਨੇ ਸਰ, ਹੁਣ ਜੀ ਸ਼ਾਮ ਨੂੰ 5-4 ਪੇਸ਼ੈਂਟ ਵੀ ਚੈੱਕ ਕਰਦੇ ਨੇ, ਸਰਜਨ ਨੂੰ ਕਿਹਾ ਕਿ 3 ਕਰੋੜ ਰੁਪਇਆ ਮੇਰੇ ਕੋਲ ਪਿਆ, ਜਿਹੜਾ ਵੀ ਉਹਨਾਂ ਨੂੰ ਲੈਣਾ ਲੈ ਸਕਦੇ ਹੋ, ਠੀਕ ਹੈ ਨਾ। ਇਹ ਸਿਵਲ ਸਰਜਨ ਨੂੰ ਮੈਂ ਹਦਾਇਤ ਪਾਸ ਕੀਤੀ ਹੈ। ਅੱਜ ਵੀ ਕਿਸੇ ਇੰਡਸਟਰੀਲਿਸਟ ਨੇ ਮੈਨੂੰ ਕਿਹਾ ਵੀ 10 ਲੱਖ ਰੁਪਏ ਦਾ ਕੋਈ ਵੀ ਸਮਾਨ ਲੈ ਕੇ ਤੁਸੀਂ ਮੈਨੂੰ ਬਿੱਲ ਭੇਜ ਦਿਓ, ਉਹ ਵੀ ਮੈਂ ਅੱਜ ਸਿਵਲ ਸਰਜਨ ਨੂੰ ਕਿਹਾ ਤੁਸੀਂ ਲੈ ਲਓ 10 ਲੱਖ ਦਾ ਸਮਾਨ, ਮੈਨੂੰ ਬਿੱਲ ਭੇਜ ਦਿਓ। ਸੋ ਕੋਈ ਵੀ ਮੈਨੂੰ ਲੱਗਦਾ ਨਹੀਂ, ਅਸੀਂ ਡੇਲੀ ਨੂੰ ਰਿਵਿਊ ਕਰਦੇ ਹਾਂ, ਦੇਰ ਇਜ਼ ਸਫੀਸ਼ੀਐਂਟ ਅਵੇਲੇਬਿਲਿਟੀ ਐਂਡ